ਪਰਵਰਦਗਾਰ ਦੀ ਰਹਿਮਤਾਂ ਬਰਕਤਾਂ ਨਿਮਤਾਂ ਨਾਲ ਵੀਡੀਓ ਦਾ ਆਗਾਜ਼ ਕਰਨੇ ਆ ਜੀ। ਤੁਹਾਨੂੰ ਵਿਖਾਉਂਦੇ ਹਾਂ ਕਿ ਹੁਣ ਜਿਹੜਾ ਨਾਸ਼ਤਾ ਹੈ ਉਹ ਤਿਆਰ ਕੀਤਾ ਜਾਵੇਗਾ ਅਤੇ ਫਿਰ ਬਾਅਦ 'ਚ ਜੰਗ ਲਗਾਇਆ ਜਾਵੇਗਾ। ਤੁਹਾਨੂੰ ਮੁਕੰਮਲ ਆਈ ਡਿਟੇਲ ਵੀਡੀਓ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਫਿਰ ਸਤਿਗੁਰੇ ਜਾਣਾ ਅਤੇ ਉਹ ਵੀ ਤੁਹਾਨੂੰ ਡਿਟੇਲ ਦਿੱਤੀ ਜਾਵੇਗੀ ਵੀਡੀਓ ਦੀ। ਹਾਂਜੀ ਜੀ, ਨਾ ਜਿਹੜਾ ਨਾ ਰਾਤ ਦਾ ਸਾਲਨ ਸੀ ਅਤੇ ਨਾ ਜਿਹੜਾ ਨਾ ਓਲਰੇਡੀ ਪੱਕ ਰਿਹਾ ਜੀ। ਹੈਗਾ ਸੀ ਆਲੂ ਅਤੇ ਪਾਲਕ, ਲੂਣ ਔਰ ਨਿਮਕ ਇਕੱਲਾ ਪਾਇਆ ਗਿਆ ਜੀ, ਨਾ ਮਿਰਚ ਨਾ ਮਸਾਲਾ ਕੋਈ ਚੀਜ਼ ਨਹੀਂ। ਪੰਜਾਬੀ ਕਹੋ ਅਤੇ ਬੱਗੇ ਕਹਿੰਦੇ ਨੇ, ਫਿਰ ਤੁਸੀਂ ਵੈਸੇ ਜੋ ਕਹਿ ਸਕਦੇ ਹੋ ਜੀ। ਨੁਸਖਾ ਕਰ ਰਿਹਾ ਜੀ ਅਤੇ ਹੁਣ ਜਿਹੜਾ ਝਾੜੂ ਹੈ ਉਹ ਲਗਾਇਆ ਜਾ ਰਿਹਾ ਜੀ, ਲੱਗਿਆ ਪਿਆ। ਹਾਂਜੀ, ਉੱਥੋਂ ਬਰਤਨ ਸਾਫ਼ ਕੀਤੇ ਜਾਣਗੇ ਅਤੇ ਫਿਰ ਜੀ ਨਾ ਉੱਥੋਂ ਬਰਤਨ ਸਾਫ਼ ਕੀਤੇ ਜਾਣਗੇ ਅਤੇ ਫਿਰ ਜਾ ਕੱਪੜੇ ਧੋਤੇ ਜਾਣਗੇ। ਉਹ ਤੁਹਾਨੂੰ ਕਰਨੇ ਆ ਪੂਰੀ ਮੁਕੰਮਲ ਡਿਟੇਲ ਦਿੰਦੇ ਹਾਂ ਵੀਡੀਓ ਦੀ। ਕੱਪੜੇ ਕੁੱਪੜੇ ਨੇ ਉਹ ਧੋਤੇ ਜਾ ਰਹੇ ਨੇ ਅੰਮੀ ਜਾਨ ਜਿਹੜੇ, ਉਹ ਮੇਰਾ ਸੂਟ ਧੋ ਰਹੀ ਹੈ ਅਤੇ ਉਸ ਤੋਂ ਬਾਅਦ ਜਿਹੜੇ ਬਰਤਨ ਨੇ ਉਹ ਧੋਤੇ ਜਾਣਗੇ ਅਤੇ ਨਾ ਜੀ ਅੱਧੇ ਧੋ ਦਿੱਤੇ ਸਨ ਅਤੇ ਉਹ ਲਾ ਅਤੇ ਪਾ ਦਿੱਤੇ ਨੇ ਜੀ, ਤੁਸੀਂ ਵੇਖ ਸਕਦੇ ਹੋ ਜੀ। ਅਤੇ ਫਿਰ ਬਰਤਨ ਧੋਤੇ ਜਾਣਗੇ, ਉਹ ਤੁਹਾਨੂੰ ਖਾਂਦੇ ਹਾਂ ਅਤੇ ਫਿਰ ਸਾਰਾ ਕੁਛ ਕੀਤਾ ਜਾਵੇਗਾ। ਅਸੀਂ ਸਤਿਗੁਰਾਂ ਅਤੇ ਸਤਿਗੁਰੇ ਵਿੱਚ ਜੀ ਤੁਹਾਨੂੰ ਖਾਂਦਿਆ ਹੈ ਕਿ ਮਕਬਰਾ ਚਾਕਰੇ ਮੀਰ ਆਜ਼ਮ ਦਾ, ਅਤੇ ਫਿਰ ਤੁਹਾਨੂੰ ਸਾਰੀ ਡਿਟੇਲ ਉਹਦੀ ਦਿੱਤੀ ਜਾਵੇਗੀ ਅਤੇ ਫਿਰ ਬਾਅਦ ਵਿੱਚ ਸਾਰਾ ਕੁਛ ਕੀਤਾ ਜਾਵੇਗਾ ਜੀ। ਤੱਕ ਚਾਲੂ ਹੋ ਗਈ ਅਤੇ ਛੋਟੇ ਘੋੜੇ ਨੇ ਜੀ ਅਤੇ ਉਹ ਵੱਡੇ ਘੋੜੇ ਨੇ ਜੀ, ਛੋਟੇ ਛੋਟੇ ਘੋੜੇ ਨੇ ਜੀ, ਤੁਸੀਂ ਕਰ ਸਕਦੇ ਹੋ ਗੱਲ ਜੀ। ਮਛਲੀ ਅਤੇ ਇਸ ਵਾਸਤੇ ਜਿਹੜੀ ਅੰਮੀ ਜਾਣੇ ਮਛਲੀ ਵਾਸਤੇ ਪੈਸੇ ਦੇ ਰਹੀ ਹੈ, ਬਾਈ ਹੋਰ ਕੋਈ ਮਛਲੀ ਲਈ ਹੈ ਅਤੇ ਤਲੀ ਜਾ ਰਹੀ ਹੈ ਮਛਲੀ। ਦੂਸਰੀ ਤਸਵੀਰ ਸੀ ਉਹ ਵੀ ਅੱਜ ਕਰਵਾਈ ਹੈ ਮੇਲੇ ਤੋਂ ਅਤੇ ਹੁਣ ਜਾਵਾਂਗੇ ਘਰ ਅਤੇ ਬਸ ਫਿਰ ਤੁਹਾਨੂੰ ਮਿਲਾ ਮੀਰ ਆਜ਼ਮ ਚਾਕਰ ਖਾਂਦੇ ਹਾਂ ਅਤੇ ਬਾਬੀ ਜਾਨ ਬੈਠੀ ਹੈ ਅਤੇ ਉਹਨਾਂ ਨਾਲ ਗੱਲ ਗੁੱਲ ਕਰਦੇ ਪਏ ਅਤੇ ਬਸ ਜੀ ਫਿਰ ਘਰ ਜਾਵਾਂਗੇ। ਇਸ ਨੇ ਤੁਹਾਨੂੰ ਅੱਗੇ ਵੀ ਦੱਸਿਆ ਕਿ ਅੱਜ ਸਤਿਗੁਰਾਂ ਮੇਂ ਹੈ ਜਿਹੜੀ ਇਹਨੇ ਕਬਰ 'ਤੇ ਜਾਣਾ ਹੈ ਜੀ, ਇਹਦੇ ਵਿੱਚ ਫੁੱਲ ਨੇ ਅਤੇ ਉਹ ਪਾਣੇ ਨੇ, ਤੁਹਾਨੂੰ ਇਹ ਵੀ ਖਾਵਾਂਗੇ। ਅਤੇ ਫਿਰ ਜਿਹੜੀ ਗਿਆ ਸਤਿਗੁਰੇ ਜੀ, ਸਤਿਗੁਰੇ ਗਿਆ ਅਤੇ ਉੱਥੇ ਨਾ ਜੀ ਜਿਹੜਾ ਅਸੀਂ ਨਾ ਤਸਵੀਰ ਉਹ ਬਣਵਾਈਏ ਅਤੇ ਹੁਣ ਤੁਹਾਨੂੰ ਵੀ ਖਾਂਦੇ ਹਾਂ ਕਿਵੇਂ ਦੀ ਬਣੀ ਹੈ। ਭਾਵੇਂ ਤਸਵੀਰ ਬਾਹਰ ਕੱਢੋ ਨਾ ਜੀ, ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਬਾਈਜਾਨ ਦੀ ਤਸਵੀਰ ਮਾਸ਼ਾਅੱਲਾ ਬਹੁਤ ਹੀ ਬੇਹੱਦ ਖੂਬਸੂਰਤ ਬਣੀ ਹੈ ਜੀ, ਬੜੇ ਸੋਹਣੇ ਬਣੇ। ਹਾਂਜੀ, ਹੁਣ ਜੀ ਜਿਹੜਾ ਨਾ ਦੁਪਹਿਰ ਦਾ ਖਾਣਾ ਖੁਣਾ ਉਹ ਖਾਧਾ ਜਾਵੇਗਾ ਅਤੇ ਫਿਰ ਤੁਹਾਨੂੰ ਖਾਂਦੇ ਹਾਂ, ਕਿਉਂਕਿ ਨਾ ਜੀ ਜਿਹੜਾ ਦਿਨ ਦਾ ਸੀ ਨਾ ਉਹ ਚਾਵਲ ਅਤੇ ਨਾਲ ਆਲੂ ਪਾਲਕ ਦਾ ਸਾਲਨ ਸੀ, ਉਹ ਤੁਹਾਨੂੰ ਖਾਂਦੇ ਹਾਂ ਨਾਲ, ਉਹ ਖਾਇਆ ਜਾਵੇਗਾ ਮਾਸ਼ਾਅੱਲਾ ਜੀ। ਜਿਹੜਾ ਹੈ ਨਾ ਜੀ ਗੋਸ਼ਤ ਜੀ ਕੱਟੇ ਦਾ, ਉਹ ਜੀ ਹੁਣ ਵਿੱਚ ਹਾਂਡੀ 'ਤੇ ਪਾ ਕੇ ਉੱਥੇ ਜੀ ਚੁੱਲ੍ਹੇ 'ਤੇ ਰੱਖ ਕੇ ਉਬਾਲਿਆ ਜਾਵੇਗਾ, ਫਿਰ ਪਕਾਇਆ ਜਾਵੇਗਾ, ਤੜਕਾ ਤੁੜਕਾ ਫਿਰ ਲਾਇਆ ਜਾਵੇਗਾ ਜੀ। ਜੁਮੇਰਾਤ ਹਾਂਜੀ, ਤੁਸੀਂ ਚੈੱਕ ਕਰ ਸਕਦੇ ਹੋ ਕਿ ਗੋਸ਼ਤ ਨੂੰ ਜਿਹੜਾ ਨਾ ਧੋਤਾ ਜਾ ਰਿਹਾ ਜੀ, ਸਾਫ਼ ਕੀਤਾ ਜਾ ਰਿਹਾ, ਸਫਾਈ ਕੀਤੀ ਜਾ ਰਹੀ ਹੈ ਜੀ ਗੋਸ਼ਤ ਦੀ। ਕੋਲ ਤੇ ਉਹਨਾਂ ਕੋਲ ਲੈਂਦਾ ਕੰਡਾ ਅਤੇ ਵੱਟਾ, ਅਤੇ ਇਸ ਵਾਸਤੇ ਕੰਡੇ ਵੱਟੇ ਲੈਂਦੇ ਨੇ ਅਤੇ ਇਹ ਹੁੰਦਾ ਛਾਵੜਾ ਹੈ ਜੀ। ਉਹਦੇ ਵਿੱਚ ਵੱਟੇ ਸਾਈਡ 'ਤੇ ਪਿਛਾ ਪਏ ਨੇ ਜੀ, ਅਤੇ ਇਸ ਵਾਸਤੇ ਜੀ ਹੁਣ ਉਹਦੇ ਵਿੱਚ ਰਾਤ ਦਾ ਸਾਲਨ ਪਕਾਇਆ ਸੀ, ਰਾਤ ਦਾ ਖਾਣਾ ਚਾਵਲ ਪਕਾਏ ਸਨ ਅਤੇ ਉਹ ਵੀ ਸਾਫ਼ ਕਰ ਦਿੱਤਾ ਅੰਮੀ ਜਾਨ ਨੇ, ਅਤੇ ਉਹ ਵੀ ਕੜਾਹੀ ਕੜੂਈ ਸੀ ਅਤੇ ਦੇਖੀ ਦੁਖੀ ਸੀ, ਉਹ ਵੀ ਸਾਫ਼ ਕਰ ਦਿੱਤੀ ਕਿ ਛਾਣਨੀ ਛੁਣਨੀ ਸੀ, ਉਹ ਵੀ ਸਾਫ਼ ਕੀਤੀ ਜੀ। ਅਤੇ ਇਸ ਵਾਸਤੇ ਹੁਣ ਜਿਹੜੀ ਅੰਮੀ ਜਾਨ ਹੈ ਉਹ ਹੁਣ ਇੰਤਜ਼ਾਮ ਕਰ ਰਹੀ ਹੈ, ਅਤੇ ਇੰਤਜ਼ਾਮ ਜ਼ਰੂਰੀ ਹੋ ਗਿਆ ਹੈ ਜੀ। ਹਾਂਜੀ, ਰਾਤ ਦੇ ਖਾਣ ਦਾ ਇੰਤਜ਼ਾਮ ਕਰ ਦਿੱਤਾ ਗਿਆ ਹੈ ਜੀ, ਅਤੇ ਅੱਜ ਕਾਫ਼ੀ ਜ਼ਿਆਦਾ ਕਿਉਂਕਿ ਵੱਡਾ ਗੋਸ਼ਤ ਹੈ ਨਾ, ਅਤੇ ਇਸ ਵਾਸਤੇ ਨਾ ਜੀ ਉਹ ਗਲਦਾ ਹੈ ਥੋੜ੍ਹਾ ਜਿਹਾ ਲੇਟ, ਕਿਉਂਕਿ ਟਾਈਮ ਲੈਂਦਾ ਹੈ, ਇਸ ਵਾਸਤੇ ਜੀ ਅੱਜ ਜਲਦੀ ਨਾਲ ਹਾਂਡੀ ਦਾ ਇੰਤਜ਼ਾਮ ਕੀਤਾ ਗਿਆ ਜੀ। ਉਹ ਹੁਣ ਪਾਈ ਜਾ ਰਹੀ ਹੈ ਅੰਮੀ ਜਾਨ ਜਿਹੜੀ ਹੈ, ਹੁਣ ਰੋਟੀ ਪਾ ਦਿੱਤੀ ਗਈ ਜਾਵੇਗੀ, ਅਤੇ ਮੈਂ ਹੁਣ ਜਾ ਰਿਹਾ ਜੀ ਹਮਸਾਇਆ ਦੀ ਔਰਤ ਉਹਨੂੰ ਸੱਦਣ, ਕਿਉਂਕਿ ਬਾਈਜਾਨ ਦੀ ਰੋਟੀ ਉਹ ਖਾਂਦੀ ਸੀ ਜਦੋਂ 1.25 ਮਹੀਨਾ ਸੀ, ਉਦੋਂ ਵੀ ਰੋਟੀ ਉਹ ਖਾਂਦੀ ਰਹੀ ਹੈ, ਅਤੇ ਹੁਣ ਵੀ ਉਹ ਰੋਟੀ ਖਾਵੇਗੀ, ਅਤੇ ਜੁਮੇਰਾਤ ਹਰ ਜੁਮੇਰਾਤ ਅਸੀਂ ਉਹਨੂੰ ਸੱਦਦੇ ਹਾਂ ਜੀ,
तो मैं हुण जा रहा जी। तो अम्मी जान जी रोटी उत्ते पा दी गई है, रोटी पा दी है जी। तो सालन जी बिल्कुल तैयार रेडी हो गया है जी। हाँ जी माशाल्लाह जरा सालन है वो बिल्कुल रेडी हो गया है, क्योंकि उन्होंने सदन जा रहा है तो इस वास्ते जल्दी जल्दी टुर रहा है, क्योंकि जरा सूरज है वो तलू हो गया है। तो फिर मैं घर जा रहा है, कह दिता है तो हूँ आ रही है, तो मैं घर जा रहा है। तो अभी खाने इस वास्ते जी कर दी गई है, तो हूँ जी खाने ली आएगी मासी जैना, तो फिर वो खावेगी। मेरी अम्मी का नाम भी जैनब है, तो उनका नाम भी जैनब है। भी माशाल्लाह आ चुके हैं, सत बिस्मिल्लाह खाना चाहते हो तो आ सकते हो, खा सकते हो। तवे की रोटी है तो नाल कुछ तो बनाया गया चिकन, तो तुम खाना चाहते हो बिस्मिल्लाह, सत सौ बिस्मिल्लाह आके खा सकते हो। रेडी हो गया है, तो जे अम्मी जान है उन्हें हम आपकी रोटी पकानी, मैं तो मेरी तो रोटी आ गई अगे, तो हूँ जी अम्मी जान है वो आपके पेड़ कर लिया, तो हूँ तवे तो पा गए तो वो खाती जाएगी। तो ना मासी जैना भी आ गई, तो हूँ वो रोटी खावेगी, तुम्हें अगे भी दसिया जी। तो इतने वीडियो का इंतकाम करने जी, अल्लाह हाफिज़।